ਬਾਅਦ ਸਤਿਗੁਰੂ ਨਾਮ ਦੇ ਦਿੰਦਾ ਹੈ, ਇਹਨਾਂ ਚੀਜ਼ਾਂ 'ਚ ਫਿਰ ਫਸਦਾ ਨਹੀਂ ਹੈ, ਨਾ ਰੂਪ 'ਚ, ਨਾ ਸੋਹਣੇ ਰੰਗ 'ਤੇ, ਨਾ ਰਸਾਂ ਕਸਾਂ 'ਚ, ਨਾ ਜਿਸਮ ਦੇ ਰਸਾਂ 'ਚ, ਅਤੇ ਉਹ ਸਭ ਕੁਛ ਨਾਮ ਫਿਰ ਸਵਾਰਦਾ ਉਹਦੀ ਚੀਜ਼। ਤਾਂ ਅਖੀਰ 'ਤੇ ਜਾ ਕੇ ਮਹਾਰਾਜ ਜਿੱਥੇ ਸਾਡਾ ਸਾਰਾ ਗਿਆਨ ਕਲੋਜ਼ ਹੋ ਜਾਂਦਾ, ਉੱਥੇ ਮਹਾਰਾਜ ਸਲੋਕ ਦਿੰਦੇ ਨੇ, ਕਰਮ ਰਹਿਮਤ ਕੀ, ਮੇਰੇ 'ਤੇ ਰਹਿਮਤ ਕੀ ਹੋਈ, ਸਤਿਗੁਰ ਸੱਜਣ ਮਿਲਿਆ ਮੇਰੇ ਅੰਦਰ ਮਿਲਿਆ, ਉਹ ਫਿਰ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵੀ ਹਰਿਆ। ਜਦੋਂ ਇਹ ਨਾਮ ਆ ਜਾਂਦਾ ਅੰਦਰ, ਉਹਦੀਆਂ ਨਾ ਫੋਰਸਿਸ ਦਾ ਜ਼ੋਰ ਘੱਟ ਜਾਂਦਾ, ਪੈਂਦੀਆਂ ਅੰਦਰ ਪੈ ਨਹੀਂ ਸਕਦੀਆਂ, ਇਸ ਕਰਕੇ ਉਹ ਫਿਰ ਕੀ ਰਹਿ ਜਾਂਦਾ, ਰੂਪ ਰੰਗ ਆਸ ਅਟ ਪ੍ਰਭ ਤਾਰੀ ਏ ਗੁਣ ਕੀਰਤੇ ਨਿਤ ਮਾਰੀ ਰਹਾਉ ਗੁਣ ਕੀਰਤੇ ਨਿਤ ਮਾਰੀ ਏ ਗੁਣ ਕੀਰਤੇ ਤੂੰ ਹੀ ਜਸ ਹੈ ਤੂੰ ਹੀ ਰੂਪ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਣ ਗੁਰੇ ਤੂਟੀ ਲੈ ਜੋੜਨ ਹਾਰਾ ਲਿੰਕ ਸਤਿਗੁਰੂ ਜੋੜੇਗਾ ਗੁਰੇ ਤੂਟੀ ਲੈ ਜੋੜੀ ਏ ਗੁਣ ਕੀਰਤੇ ਨਿਤ ਮਾਰੀ ਗੁਣ ਕੀਰਤੇ ਨਿਤ ਮਾਰੀ ਤੂੰ ਹੀ ਗ੍ਰਹਿ ਤੂੰ ਹੀ ਬਣੇ ਬਣੇ ਤੂੰ ਹੀ ਗ੍ਰਹਿ ਘਰਾਂ 'ਚ ਤੂੰ ਹੀ ਬਣਾਂ 'ਚ ਤੂੰ ਹੀ ਗ੍ਰਹਿ ਤੂੰ ਹੀ ਬਣੇ ਤੂੰ ਹੀ ਗਾਓ ਤੂੰ ਸੁਣੇ ਇਹ ਤੂੰ ਹੀ ਗ੍ਰਹਿ ਗ੍ਰਹਿ ਤੂੰ ਹੀ ਬਣੇ ਇਹ ਤੂੰ ਹੀ ਗਾਓ ਤੂੰ ਹੀ ਸੁਣੇ ਹੈ ਨਾਨਕ ਨੇੜੇਰੀ ਹੈ ਨਾਨਕ ਨੇੜੇਰੀ ਨੇੜੇ ਨਾਹੀ ਦੂਰ ਨਿਜ ਆਤਮੇ ਨਿਜ ਆਤਮੇ ਨਿਜ ਨਿਜ ਆਤਮੇ ਰਹਿਆ ਪਰ ਪੂਰੇ ਨਿਜ ਆਤਮੇ ਰਹਿਆ ਪਰ ਪੂਰੇ ਤੂੰ ਹੀ ਤੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਹੀ ਤੂੰ ਕਬੀਰ ਸਾਹਿਬ ਤੂੰ ਕਰਤਾ ਤੂੰ ਭਇਆ ਹੈ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਾਤ ਦੇਖਾਂ ਤਤ ਤੂੰ ਏ ਤੂੰ ਹੀ
सत्य साजो सरी मेवा।